ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਜਿਹੜੇ ਵੀਰ ਆਪਣੇ ਫੇਸਬੁੱਕ ਪੇਜ 'ਤੇ ਇਹ ਵੀਡੀਓ ਦੇਖ ਰਹੇ ਨੇ, ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਜਿਹੜੇ ਵੀਰ ਆਪਣੇ ਯੂਟਿਊਬ ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ, 4 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਅਤੇ ਸਮਾਂ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਜੀ, ਦੁਪਹਿਰ ਦਾ ਜਿਹੜਾ ਸਮਾਂ ਦੋਸਤੋ 3 ਕੁ ਵਜੇ ਦਾ ਜਿਹੜਾ ਸਮਾਂ ਹੈਗਾ, ਠੀਕ ਹੈ ਜੀ। ਅਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ 3 ਐਨੀਮਲ ਦਿਖਾਉਣੇ ਆ ਅਤੇ 3 ਵਿਹੜਾ, ਇਸ ਕਰ ਤੋਂ ਆਪਣੀ ਜਿਹੜੀ ਵੀਡੀਓ ਦੋਸਤੋ ਦੂਜੀ ਵੀਡੀਓ ਬਣਦੀ ਪਈ ਹੈ, ਠੀਕ ਹੈ ਜੀ। ਪਿੰਡ ਪੂਨੀਆ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈਗਾ, ਠੀਕ ਹੈ ਜੀ। ਘਰਿਆਲਾ, ਬਰਨਾਲਾ ਅਤੇ ਭਾਈ ਲੱਦੂ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ, ਹਾਲਾਂਕਿ ਵੀ ਅਲਗੋਂ ਕੋਠੀ ਅਤੇ ਬੁਲਟੋਏ ਦੀ ਵੀ ਦੂਰੀ ਜਿਹੜੀ ਇਸ ਪਿੰਡ ਦੇ ਬਿਲਕੁਲ ਜਿਹੜੀ ਆ ਥੋੜ੍ਹੀ ਬਾੜ 'ਤੇ ਰਹਿ ਜਾਂਦੇ ਆ, ਕੋਈ 8-8, 7-7 ਕਿਲੋਮੀਟਰ ਦੀ ਦੂਰੀ ਹੈਗੀ ਹੈ ਸਾਰੀ। ਅਤੇ ਬਾਈ ਭਿੰਦੇ ਦੇ ਕੋਲ ਆਏ ਹਾਂ, ਬਾਈ ਭਿੰਦੇ ਦਾ ਜਿਹੜਾ ਦੋਸਤੋ ਕੰਮ ਹੈਗਾ ਖਾਸ ਤੌਰ 'ਤੇ ਪਸ਼ੂ ਵਪਾਰ ਦਾ ਕੰਮ ਆ, ਅਤੇ ਇਸ ਘਰੋਂ ਜਿਹੜੀਆਂ ਦੋਸਤੋ ਤੁਹਾਨੂੰ ਜ਼ਿਆਦਾਤਰ ਜਿਹੜੀਆਂ ਹੈਗੀਆਂ ਵਿਹੜਾਂ ਵੇਖਣ ਦੇ ਵਿੱਚ ਮਿਲਦੀਆਂ ਨੇ। ਆਓ ਆਪਣੀ ਜਿਹੜੀ ਨਿਰਖ ਪਰਖ ਆ ਤਸੱਲੀ ਦੇ ਨਾਲ ਕਰਕੇ ਕੋਈ ਵੀ ਐਨੀਮਲ ਹੈਗਾ ਉਹ ਤੁਸੀਂ ਲੈ ਕੇ ਜਾ ਸਕਦੇ ਹੋ, ਠੀਕ ਹੈ ਜੀ। ਅਤੇ ਬਾਕੀ ਪੂਰੀ ਗੱਲਬਾਤ ਆਪਾਂ ਪੂਰੀ ਇਹਨਾਂ ਵਿਹੜਾਂ ਦੇ ਰਿਗਾਰਡਿੰਗ ਜਿਹੜੀ ਆ ਗੱਲਬਾਤ ਆਪਾਂ ਵੀਰ ਭਿੰਦੇ ਨਾਲ ਪੂਰੀ ਕਰਨੀ ਹੈਗੀ ਆ। ਸੋ ਚੰਗਾ ਵਪਾਰ ਦਾ ਕੰਮ ਆ ਦੋਸਤੋ, ਵਿਹੜਾ ਜਿਹੜੀਆਂ ਸਾਫ਼ ਸੁਥਰੀਆਂ ਲਿਆਉਂਦੇ ਆ ਅਤੇ ਚੰਗੀ ਵਿਹੜ ਲਿਆਉਣ ਦੇ ਵਿੱਚ ਜਿਹੜਾ ਬਿਲੀਵ ਰੱਖਦੇ ਆ। ਆ ਜਾਓ ਵੀਰ ਜੀ, ਕਰਦੇ ਹਾਂ ਗੱਲਬਾਤ, ਪੁੱਛਦੇ ਹਾਂ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਵਿਹੜਾਂ ਦੀ। ਸਭ ਤੋਂ ਪਹਿਲਾਂ ਵੀਰ ਭਿੰਦੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਆਪਾਂ ਸਭ ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਜੀ? ਹਾਂਜੀ ਸਭ, ਚੜ੍ਹਦੀ ਕਲ ਕਿਰਪਾ ਜੀ। ਠੀਕ ਆ। ਅਤੇ ਵੀਰ ਭਿੰਦੇ, ਇੱਕ ਆਪਾਂ ਵੀਡੀਓ ਪਾਈ ਸੀ ਅੱਜ ਤੋਂ, ਮੈਨੂੰ ਲੱਗਦਾ ਵੀ 3 ਕੁ ਦਿਨ ਪਹਿਲਾਂ ਸ਼ਾਇਦ। ਹਾਂਜੀ, 1 ਫਰਵਰੀ ਨੂੰ ਪਾਈ ਸੀ। 1 ਫਰਵਰੀ ਨੂੰ ਪਾਈ ਸੀ ਵੀਰ ਜੀ, ਕੀ ਆਊਟਪੁੱਟ ਆਈ ਹੁੰਦੀ ਫਿਰ, ਕਿੱਦਾਂ ਰਿਹਾ? ਬਹੁਤ ਵਧੀਆ ਰਿਹਾ ਜੀ, ਉਹ ਤਾਂ ਤੁਸੀਂ ਵੀਡੀਓ ਪਾ ਕੇ ਗਏ ਜੀ ਅਤੇ ਘੰਟੇ ਦੇ ਵਿੱਚ ਸੇਲ ਹੋ ਗਈ ਜੀ। ਹੈ ਨਾ, ਵਿਹੜਾਂ ਵੀ ਬਹੁਤ ਚੰਗੀਆਂ ਸੀ, ਚੰਗੀਆਂ ਥਣਵਾਂ ਨਿਕਲੀਆਂ, ਦੁੱਧ ਰੇਟ ਭਾਅ ਪੜਤਾ ਵੀ ਜਿਹੜਾ ਉਹ ਵੀ ਬਿਲਕੁਲ ਜਾਇਜ਼ ਜਿਹਾ ਸੀ। ਬਿਲਕੁਲ ਜਾਇਜ਼ ਜੀ, ਬਿਲਕੁਲ ਜਾਇਜ਼। ਠੀਕ ਆ। ਹਾਂਜੀ, ਅਤੇ ਅੱਜ ਵੀਰ ਜੀ 3 ਵਿਹੜਾ ਆਪਣੇ ਕੋਲ ਵਿਕਾਊਗਾ? ਹਾਂਜੀ ਜੀ, 3 ਵਿਹੜਾ ਵਿਕਾਊਗਾ ਜੀ। ਅਤੇ ਹੈ HF ਕੁਝ ਕੁ ਕਰੋਸ ਅੰਗ ਦੇ ਵਿੱਚ, ਬਾਕੀ HF ਦੀਆਂ ਵਿਹੜਾਂ ਨੇ। ਹਾਂਜੀ ਅਤੇ 3 ਨਾਗ ਫਿਲਹਾਲ ਅੱਜ। ਹਾਂਜੀ, 3 ਨਾਗ ਅੱਜ। ਠੀਕ ਆ, ਅਤੇ ਕਰੀਏ ਕਿਸੇ ਪਾਸੇ ਸ਼ੁਰੂ ਵੀਰ ਜੀ, ਅਤੇ ਬਾਕੀ ਹੋਰ ਆਪਣੇ ਵੀਰਾਂ ਨਾਲ ਕੋਈ ਗੱਲ ਸ਼ੇਅਰ ਕਰਨੀ ਹੋਵੇ ਜ਼ਰੂਰ ਤੁਸੀਂ ਕਰ ਸਕਦੇ ਹੋ। ਬੇਨਤੀ ਇਹ ਆ ਵੀ ਮੈਂ ਵਿਹੜਾਂ ਦਾ ਮੁੱਲ ਉਹੀ ਮੰਗਿਆ ਜੋ ਲੈਣਾ ਹੈ। ਮੈਨੂੰ 2-3 ਫੋਨ ਵੀ ਆਏ ਬਹੁਤ ਦੂਰ ਤੋਂ, ਅਤੇ ਜਿਹੜਾ ਮੁੜ ਕੇ ਫੋਨ 'ਚ ਸੌਦਾ ਕਰਦੇ ਰਹੇ, ਇੱਕ ਤਾਂ 55 ਮੁੱਲ ਕੀਤਾ ਸੀ, 50 ਲੈ ਲਓ, ਇੰਨਾ ਲੈ ਲਓ, ਇੰਨਾ, ਅਤੇ ਇਹ ਵੀਰ ਨੂੰ ਬੇਨਤੀ ਆ ਵੀ ਜਿਹੜਾ ਮੈਂ ਮੁੱਲ ਮੰਗਿਆ ਉਹਦੇ ਵਿੱਚ ਮਾਣਤਾ ਨਹੀਂ ਹੋਣਾ, ਭਾਵੇਂ 500 ਛੱਡਦਾ, 1000 ਛੱਡਦਾ, ਆਪਦੀ ਖੁਸ਼ੀ ਨਾਲ ਜਿਹੜਾ ਸੌਦਾ ਨਾ ਕਰਨਾ ਮੇਰੇ ਕੋਲ, ਉਹ ਮੈਨੂੰ ਵੀ ਫੋਨ ਨਾ ਲਾਵੇ, ਸਿਰਫ ਜੋ ਮੈਂ ਮੰਗਣਾ ਜਾਇਜ਼ ਮੰਗਣਾ ਮਾਣਤਾ ਨਹੀਂ ਵਿੱਚ ਕਰਨਾ। ਠੀਕ ਹੈ। ਸੋ ਦੋਸਤੋ, ਹਰ ਵਾਰ ਦੀ ਤਰ੍ਹਾਂ ਜਿਹੜੀਆਂ ਵੀਰ ਵਿਹੜਾਂ ਚੰਗੀਆਂ ਲੈ ਕੇ ਆਉਂਦਾ ਹੈ, ਠੀਕ ਆ, ਮੁੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਚੰਗੀ ਚੀਜ਼ ਦਾ ਚੰਗਾ ਮੁੱਲ ਜਿਹੜਾ ਦੋਸਤੋ ਭਰਨਾ ਪੈਂਦਾ, ਠੀਕ ਆ, ਅਤੇ ਪਸ਼ੂ ਚੰਗੇ ਹੁੰਦੇ ਆ, ਬਾਕੀ ਤਸੱਲੀ ਤੁਸੀਂ ਕਰਨੀ, ਆਪਣਾ ਹੱਕ ਸਮਝ ਕੇ ਤਸੱਲੀ ਆ, ਬੇਸ਼ੱਕ ਚਿੱਪ ਕੇ ਤਸੱਲੀ ਦੇ ਪੂਰੀ ਹੈਗੀ, 4 ਥਾਣਾਂ ਦੀ ਕਰਨ ਤੋਂ ਬਾਅਦ ਤੁਸੀਂ ਸੌਦਾ ਕਰ ਸਕਦੇ ਹੋ। ਅਤੇ ਵੀਰ ਆਪਣੇ ਪਹਿਲੇ ਨੰਬਰ ਤੋਂ ਸਟਾਰਟ ਆਪਾਂ ਕਰੀਏ, ਇੰਟਰੋਡਿਊਸ ਕਰਾ ਦਈਏ ਵੀ ਆਪਣੇ ਵੀਰ ਨਾਲ ਕੌਣ ਖੜੇ ਆ। ਇਹ ਤਾਂ ਵੀਰ ਜੀ ਗੁਰਸੇਵਕ ਸਿੰਘ ਮੇਰਾ ਲੜਕਾ ਹੈ ਜੀ। ਇਹ ਲੜਕਾ ਤੁਹਾਡਾ? ਹਾਂਜੀ, ਇਹ ਮੇਰਾ ਲੜਕਾ ਹੈ। ਠੀਕ ਹੈ ਜੀ, ਗੁਰਸੇਵਕ ਸਿੰਘ? ਗੁਰਸੇਵਕ ਸਿੰਘ ਹੈ। ਅਤੇ ਉਹ ਵੀਰ ਦਾ ਕੀ ਨਾਮ ਹੈ ਜੀ? ਉਹ ਵੀਰ ਦਾ ਨਾਮ ਜੋਗਨਪ੍ਰੀਤ ਹੈ ਜੀ। ਠੀਕ ਹੈ, ਇਹ ਮੇਰਾ ਭਤੀਜਾ ਹੈ ਜੀ। ਠੀਕ ਹੈ ਜੀ। ਹਾਂਜੀ, ਠੀਕ ਹੈ, ਠੀਕ ਹੈ। ਸੋ ਬਾਕੀ ਵੀਰ ਹੁਣਾਂ ਦਾ ਜਿਹੜਾ ਇੰਟਰਸਟ ਆ, ਵੀਰਾਂ ਛੋਟੀਆਂ ਵੀਰਾਂ ਦਾ ਵੀ ਇੰਟਰਸਟ ਬਹੁਤ ਹੈਗਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸਾਥ ਦਿੰਦੇ ਆ ਜੀ। ਠੀਕ ਹੈ, ਨਾਲ ਜਾਂਦੇ ਰਹਿੰਦੇ ਤੁਹਾਡੇ ਖਰੀਦੋ ਫਰੋਤ? ਹਾਂਜੀ, ਜਦੋਂ ਸਕੂਲ ਤੋਂ ਨਾ ਛੁੱਟੀ ਹੋਣੀ ਆ, ਨਾਲ ਪੂਰਾ ਸਹਿਯੋਗ ਦਿੰਦੇ ਆ ਜੀ। ਠੀਕ ਆ ਜੀ। ਹਾਂਜੀ, ਆਜੋ ਵੀਰ ਜੀ, ਕਰੀਏ ਸਟਾਰਟ ਫਿਰ। ਪਹਿਲੇ ਨੰਬਰ ਤੇ ਦੋਸਤੋ ਜਿਹੜੀ ਤੁਹਾਨੂੰ ਮੈਂ ਵੈੜ ਦਿਖਾ ਰਿਹਾ, ਠੀਕ ਹੈ ਜੀ। ਹਾਂਜੀ, ਤੇ ਰੰਗ ਜਿਹੜਾ ਹੈਗਾ ਬਲੈਕ ਦੇ ਵਿੱਚ ਜ਼ਿਆਦਾ, ਤੇ ਹਵਾਨੇ ਤੇ ਬਸ ਥੋੜਾ ਜਿਹਾ ਦਾਗ ਹੈਗਾ ਵਾਈਟ ਦਾ, ਬਾਕੀ ਵੈੜ ਦੀ ਜਿਹੜੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲੈਂਦੇ ਆ। ਤੇ ਭਿੰਦੇ ਵੀਰ ਦੀ ਕੀ ਡਿਟੇਲ ਹੈਗੀ ਆ? ਇਹ ਵੀਰ ਜੀ ਦੂਸਰਾ ਸੂਗਾ ਸੋਹਣੀ ਆ। ਹਾਂਜੀ, ਅਜੇ ਹਫ਼ਤੇ ਕੱਚੀ ਹੈਗੀ ਆ ਜੀ। ਹਫ਼ਤਾ ਇੱਕ ਲੈ ਜਾਊ।
ਫੈਟ ਬਹੁਤ ਚੰਗੀ ਆ, ਦੂਸਰੇ ਸੂਏ ਸੋਹਣੀ ਆ। ਹਾਂਜੀ, ਇਹਦੀ ਦੁੱਧ ਜਿਹੜੀ ਕਪੈਸਿਟੀ ਹੈ 15-17 ਲੀਟਰ ਦੇ ਸਾਨੂੰ ਹੈਗੀ। ਠੀਕ ਹੈ ਜੀ, ਪਹਿਲੇ ਸੂਏ ਨੋਰਮਲ ਆਪਾਂ ਜਿੱਥੋਂ ਲਈਏ ਸ਼ਾਇਦ ਪੁੱਛ ਲਈਦਾ ਵੀ 14-15 ਕਿਲੋ ਚੋਇਆ ਤਾਂ ਆਪਾਂ ਫਿਰ ਵੀ ਦੂਸਰਾ ਸੂਏ ਇੰਨਾ ਹੀ ਦੱਸਦੇ ਵੀ 15-16 ਕਿਲੋ ਦਰਮਾਨ ਨਾ ਦਊਗਾ, ਬਰੀਡ ਬਰੂਡ ਚੰਗੀ ਆ। ਠੀਕ ਹੈ ਜੀ। ਹਾਂਜੀ, ਦੂਜਾ ਸੂਆ ਜਿਹੜਾ ਦੋਸਤੋ ਸੂਣਾ ਹੈਗਾ ਵੈਟ ਨੇ, ਤੇ ਇਹਨੂੰ ਖੋਲ ਲਈਏ ਵੀਰ, ਜੁਬਨ ਪਾ ਇਹਨੂੰ ਖੋਲ ਲਈਏ ਤੇ ਤੋੜ ਕੇ ਦਿਖਾਉਣੇ ਆ ਦੋਸਤੋ ਤੁਹਾਨੂੰ ਪੂਰੀ ਜਿਹੜੀ ਸਮਝ ਆਜੂਗੀ ਚੀਜ਼। ਤੇ ਨਿੱਗਰ ਲੇਵੇ ਦੀ ਆ ਤੇ ਹਵਾਨਾ ਤੁਸੀਂ ਵੇਖ ਕੇ ਚੈੱਕ ਕਰ ਲੈਣਾ, ਥਣ ਥੁਣ ਦੀ ਕੁਆਲਿਟੀ ਬਹੁਤ ਖੂਬਸੂਰਤ ਆ। ਠੀਕ ਆ ਜੀ, ਬਿੱਥਾ ਬਿਰਲਾ ਸੋਹਣੀਆਂ ਹੈਗੀਆਂ ਨੇ ਥਣਾਂ ਦੀਆਂ ਬੇਸ਼ੱਕ। ਆਹ ਵੇਖੋ ਜੀ, ਆਹ ਦੇਖੋ ਜੀ, ਬਾਕੀ ਜਿਹੜਾ ਦੋਸਤੋ ਅਜੇ ਤਕਰੀਬਨ ਇੱਕ ਹਫ਼ਤੇ ਦੀ ਕੱਚੀ ਆ, ਇੱਕ ਹਫ਼ਤਾ ਅਜੇ ਸਮਾਂ ਜਿਹੜਾ ਹੈਗਾ ਇੱਕ ਹਫ਼ਤਾ ਬਾਕੀ ਆ। ਠੀਕ ਆ ਜੀ, ਸੂਣ ਦੇ ਵਿੱਚ ਉਸ ਹਿਸਾਬ ਨਾਲ ਜਿਹੜਾ ਤੁਸੀਂ ਵੇਖ ਸਕਦੇ ਹੋ ਤਕਰੀਬਨ ਹਵਾਨਾ ਲੇਵਾ ਜਿਹੜਾ ਦੋਸਤੋ ਵਧੀਆ ਬਿਲਕੁਲ ਇਹਨੇ ਖੋਲ੍ਹਣਾ ਹੈ। ਠੀਕ ਆ ਜੀ, ਵੱਟ ਫੁੱਟ ਹਜੇ ਕਾਫੀ ਜ਼ਿਆਦਾ ਆ, ਢਿੱਲਾਂ ਢੁੱਲਾਂ ਜਿਹੜੀਆਂ ਪੂਰੀਆਂ। ਠੀਕ ਆ, ਇੱਕ ਹਫ਼ਤਾ ਵੀਰਾਂ ਦਾ ਬਾਕੀ ਆ ਤੇ ਭਿੰਦੇ ਵੀਰ ਫਿਰ ਲੈ ਦੇ, ਕਿੰਨਾ ਵੀਰ ਮੁੱਲ ਕਿੰਨਾ ਕੀਤਾ ਹੈਗਾ ਇਹਦਾ? ਵੀਰ ਜੀ 42,000 ਰੁਪਇਆ ਲੈਣਾ। 42,000 ਜੀ, ਇਹਦੇ ਵਿੱਚੋਂ ਮਾਨਤਾ ਨਹੀਂ ਹੋਣਾ ਹੈ, ਕੋਈ ਭੈਣ ਭਰਾ ਫੋਨ ਕਰੇ ਜੋ ਆਪਦੀ ਖੁਸ਼ੀ ਨਾਲ ਜਾਂ ਕੋਈ 200-400-500 ਆਪਦੇ ਮੈਂ ਖੁਸ਼ੀ ਨਾਲ ਕਰਾਂਗੇ ਜੀ। ਠੀਕ ਹੈ ਜੀ, ਹਾਂਜੀ, 42,000 ਦੇ ਵਿੱਚ 42,000 ਰੁਪਇਆ ਲੈਣਾ ਜੀ। ਠੀਕ ਆ, ਵੈਟ ਜਿਹੜੀ ਆ ਦੋਸਤੋ ਪੂਰੀ ਭਾਰੀ ਆ। ਠੀਕ ਆ, ਕੋਈ ਬਾਹਲੀ ਆਪਾਂ ਕਹੀਏ ਨਾ ਵੀ ਕੋਈ ਲਿੱਸੇ ਫਿੱਕੇ ਪਸ਼ੂ ਹੁੰਦੇ ਆ, ਉਵੇਂ ਦੀ ਕੋਈ ਗੱਲਬਾਤ ਨਹੀਂ ਗੀ। ਅਤੇ ਬਾਕੀ ਥਣ ਥੁਣ ਵੀ ਜਿਵੇਂ ਸ਼ਾਹੀਵਾਲ ਦਾ ਥਣ ਲੱਗਾ ਹੈਗਾ ਨਾ, ਉਹੋ ਜਿਹਾ ਥਣ ਮੋਟਾ ਥਣ ਲੱਗਾ ਹੈਗਾ। ਆ ਕਰੋ ਚੈੱਕ। ਠੀਕ ਆ, ਅਤੇ ਵਧੀਆ ਚੰਗੀ ਵੈਟ ਆ, ਇੱਕ ਹਫ਼ਤਾ ਜੇਕਰ ਪੂਰਾ ਲੈ ਕੇ ਜਾਂਦੀ ਆ ਅਤੇ ਪੂਰਾ ਬਣਾ ਥਣਾ ਜਿਹੜਾ ਹੈਗਾ ਦੋਸਤੋ ਹਵਾਨੇ ਵਾਲੇ ਪੱਖ ਤੋਂ ਸੋਹਣਾ ਬਣਾਉਣਾ ਇਸਨੇ। ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ 'ਤੇ ਜਿਹੜੀ ਵੈਟ ਆ, ਠੀਕ ਹੈ ਜੀ, ਡੱਬੀ ਵੈਟ ਆ ਅਤੇ ਪੂਰੀ ਬਣੀ ਥਣੀ ਪਈ ਆ, ਤਿਆਰੀ ਦੇ ਵਿੱਚ ਆ ਪ੍ਰੋਪਰ। ਅਤੇ ਦਿਨ ਹਜੇ ਕਿੰਨੇ ਕੁ ਉੱਪਰ ਲੈ ਕੇ ਜਾਂਦੀ ਉਹ ਵੀ ਪੁੱਛ ਲੈਂਦੇ ਆ। ਦੂਸਰਾ ਸੂਆ ਸੋਹਣੀ ਆ, ਹਾਂਜੀ, ਇਹ ਮੰਨ ਲਓ ਵੀ 2-4 ਦਿਨ ਲੈ ਜਾਓਗੇ ਜੀ? 2-4 ਦਿਨ, 2-4 ਦਿਨ। ਵੈਟ ਇਹ ਵੀ ਬਹੁਤ ਚੰਗੀ ਆ। ਠੀਕ ਹੈ ਜੀ, ਹਾਂਜੀ, ਅਤੇ ਸੂਆ ਦੂਜਾ ਹੀ ਹੈ ਨਾ ਜੀ? ਸੂਆ ਦੂਸਰਾ ਜੀ। ਠੀਕ ਆ, ਹਾਂਜੀ, ਸੂਬਾ ਕਿਸਾਨ ਵੀਰੋ ਦੂਜਾ ਵੀਰਾਂ ਦਾ ਵੀ ਸੂਣ ਦੇ ਵਿੱਚ ਬਿਲਕੁਲ ਰੈਡੀ ਆ। ਅਤੇ ਦਿਨ ਬਸ ਇਹੋ ਹੀ ਆ ਵੀ ਜਿਹੜੇ 2-4 ਦਿਨ ਉੱਪਰ ਅੱਜ ਤੋਂ ਲੈ ਕੇ ਜਾਂਦੀ ਹੈ। ਅਤੇ ਵੈਸੇ ਦਿਨ ਵੀਰ ਦੀ ਵੇਖੀਏ ਤਾਂ ਪੂਰੇ ਤਾਂ ਦਿਨ ਹੋ ਹੀ ਗਏ ਹੋਣੇ, ਹੈ ਨਾ? ਹਾਂਜੀ, ਪੂਰੇ ਦਿਨ ਹੋ ਗਏ ਹੋਣਗੇ ਜੀ। ਠੀਕ ਹੈ, 2-4 ਦਿਨ ਲੈ ਜਾਊਗੀ, ਵੈੜ ਬਹੁਤ ਜ਼ਿਆਦਾ ਬਣ ਜਾਊਗੀ, ਬਾਕੀ ਤੋਰ ਕੇ ਆਪਾਂ ਵਿਖਾਈ ਦੇਣੀ। ਹਾਂਜੀ ਹਾਂਜੀ, ਜ਼ਰੂਰ ਜੀ, ਇਹਨੂੰ ਵੀ ਖੋਲ੍ਹ ਕੇ ਤੋਰ ਕੇ ਦਿਖਾਈਏ। ਬਾਕੀ ਸ਼ਹਿਰ 'ਚ ਤਿੱਪਣ ਵਧੀਆ ਜੀ ਸਾਰਾ ਕੁਛ? ਬਿਲਕੁਲ ਗਰੰਟੀ ਆ ਜੀ, ਥਾਣਾ ਦੀ ਅਤੇ ਪਿੱਛੇ ਦੀ ਆਪਣੀ ਗਰੰਟੀ ਆ ਜੀ। ਠੀਕ ਹੈ ਜੀ, ਉਦਾਂ ਬੰਦਾ ਆਨਲਾਈਨ ਵੀ ਮੰਗਾਉਂਦਾ ਹੈ। ਠੀਕ ਹੈ ਜੀ, ਤੋਰ ਕੇ ਦਿਖਾਈਏ ਵੀਰ। ਬਾਕੀ ਦੋਸਤੋ ਜਿੰਨੇ ਵੀ ਪਸ਼ੂ ਤੁਸੀਂ ਇਸ ਘਰੋਂ ਲੈਂਦੇ ਹੋ, ਥਣਾਂ ਦੀ, ਭਾਰ ਦੀ, ਪਿੱਛੇ ਦੀ, ਇਹਨਾਂ ਦੋਵਾਂ ਚੀਜ਼ਾਂ ਦੀ ਜਿਹੜੀ ਮੇਨ ਗਰੰਟੀ ਹੋਵੇਗੀ। ਠੀਕ ਹੈ ਜੀ, ਅਤੇ ਬਾਕੀ ਜਿਹੜੀ ਆ ਨਰਕ ਪਰਖ, ਮੈਂ ਹਰ ਵਾਰ ਕਹਿੰਦਾ ਹੁੰਦਾ ਦੋਸਤੋ, ਔਨਲਾਈਨ ਸੌਦਾ ਵੀ ਜਿਹੜਾ ਹੈਗਾ ਬਹੁਤ ਵਧੀਆ ਹੈਗਾ, ਜੇਕਰ ਵਿਸ਼ਵਾਸ ਹੋਵੇ ਤੁਹਾਡਾ ਓਨਰ ਦੇ ਨਾਲ। ਠੀਕ ਹੈ ਜੀ, ਤਾਂ ਤੁਸੀਂ ਉਹਨਾਂ ਨਾਲ ਔਨਲਾਈਨ ਜਿਹੜੇ ਗੱਲਬਾਤ ਵੀ ਕਰ ਸਕਦੇ ਹੋ ਸੌਦੇ ਦੀ, ਬਟ ਜਿਹੜਾ ਤੁਸੀਂ ਇੱਥੇ ਘਰ ਵਿਜਿਟ ਵੀ ਜ਼ਰੂਰ ਕਰ ਸਕਦੇ ਹੋ, ਅਤੇ ਆਪਣੀ ਤਸੱਲੀ ਹੈ ਜਿਹੜੀ ਦੋਸਤੋ ਆਪ ਜ਼ਰੂਰ ਕਰ ਲਿਆ ਕਰੋ। ਠੀਕ ਹੈ ਜੀ, ਤਿੱਪ ਕੇ ਕਰ ਲਿਆ ਕਰੋ, ਅਤੇ ਹਵਾਨਾ ਜਿਹੜਾ ਸੋਹਣਾ ਬਣਾਈ ਫਿਰਦੀ ਹੈ ਬੈਡ, ਅਤੇ ਤਕਰੀਬਨ ਉਹੀ 2-4 ਦਿਨ ਜਿਹੜੇ ਅੱਜ ਤੋਂ ਉੱਪਰ ਲੈ ਕੇ ਜਾਊਗੀ। ਅਤੇ ਲੈ ਉਹ ਘੁਮਾ ਲਈਏ ਜੀ, ਹਜੇ ਢਿੱਲ ਢੁੱਲ ਹੈਗੀ ਆ। ਆਹ ਕਰੋ ਚੈੱਕ ਜੀ। ਠੀਕ ਆ,
ਬਾਕੀ ਹਾਈਟ ਪੂਰੀ ਆ ਦੋਸਤੋ, ਵੈੜਾਂ ਦੀ ਨੋਰਮਲ ਹਾਈਟ ਜਿੱਦਾਂ ਦੀ ਹੁੰਦੀ ਆ ਉਹੋ ਜਿਹੀ ਹਾਈਟ ਆ। ਮੀਡੀਅਮ ਤੋਂ ਵੀ ਆਪਾਂ ਥੋੜ੍ਹਾ ਜਿਹਾ ਪਲੱਸ ਤਾਂ ਕਹਿ ਦਈਦਾ ਵੀ ਤਕਰੀਬਨ ਇੱਕ ਛੋਟਾ ਦਰਮਿਆਨੇ ਕੱਦ ਦਾ ਪਸ਼ੂ ਹੁੰਦਾ, ਇੱਕ ਮੀਡੀਅਮ ਦਾ ਹੁੰਦਾ, ਇੱਕ ਮੀਡੀਅਮ ਤੋਂ ਪਲੱਸ ਕਹਿ ਦਿੰਦੇ ਹਾਂ ਵੀ ਪੂਰੀ ਜਿਹੜੀ ਆ ਵੱਡੀ ਹਾਈਟ ਦੇ ਵਿੱਚ ਵੈੜ ਆ। ਠੀਕ ਆ, ਅਤੇ ਇਹਦਾ ਫਿਰ ਵੀਰ ਜੀ ਕੀ ਲੈ ਦੇ, ਅਤੇ ਦੁੱਧ ਵੀ ਇੱਕ ਜ਼ਰੂਰ ਦੱਸ ਦਿਓ ਵੀ ਕਿੰਨੀ ਕੁ ਤੁਹਾਡੀ ਨਿਗਾਹ ਦੇ ਵਿੱਚ ਆ ਵੀ ਕੰਪੈਸਿਟੀ ਇਹਨੂੰ ਕਰਨੀ ਚਾਹੀਦੀ ਹੈ। ਵੀਰ ਜੀ ਜਿਹੜਾ ਦੁੱਧ ਆ, ਦੁੱਧ ਵੀ 15-17 ਲੀਟਰ ਚਵਾਓ ਜੀ, 15 ਤੋਂ ਬਾਹਰ ਹੀ ਚਵਾਓ ਜੀ, ਘੱਟ ਨਹੀਂ ਚਵਾਉਂਦੀ ਜੀ। ਠੀਕ ਹੈ ਜੀ, ਬਾਕੀ ਵੇਖ ਕੇ ਜਿਹੜੇ ਵੀਰ ਭਰਾ ਵੇਂਦੇ ਉਹਨਾਂ ਨੂੰ ਵੇਖ ਕੇ ਜਾਣਕਾਰੀ ਆ ਵੀ ਹੋ ਜਾਣੀ ਆ। ਬਿਲਕੁਲ ਜੀ, ਕਿੰਨੇ ਕੁ ਦੁੱਧ ਵਾਲੀ ਹੈ ਜੀ। ਬਿਲਕੁਲ ਜੀ, ਬਿਲਕੁਲ ਜੀ। ਸੋ ਦੋਸਤੋ, ਤੁਸੀਂ ਸਾਰੇ ਵੀਰ ਸਿਆਣੇ ਹੋ, ਠੀਕ ਆ। ਨੋਰਮਲੀ ਆਪਾਂ ਜਿਹੜੇ ਵੀਰ ਵਹਿੜਾਂ ਵੀ ਰੱਖਦੇ ਅੱਗੇ ਅੱਗੋਂ ਖਰੀਦ ਫਰੁੱਖ ਦਾ ਕੰਮ ਵੀ ਕਰਦੇ ਆ, ਠੀਕ ਆ ਜੀ। ਵਿਕਰੀ ਵਾਲੇ ਪਸ਼ੂ ਵੀ ਜਿਹੜੇ ਵੀਰ ਅੱਗੇ ਵੇਚਦੇ ਕਰਦੇ ਆ, ਉਹਨਾਂ ਨੂੰ ਪਤਾ ਲੱਗ ਜਾਣਾ ਸੀਗੇ ਵੈੜ ਕਿਹੋ ਜਿਹੇ ਕਰਤੂਤ ਦੀ ਮਾਲਕ ਆ ਅਤੇ ਕਿੰਨਾ ਕੁ ਜਿਹੜਾ ਮਿਲਕ ਆ ਪਾਉਣ ਦੀ ਸੰਭਾਵਨਾ ਹੈਗੀ ਆ। ਅਤੇ ਸੈਕਿੰਡ ਜਿਹੜਾ ਸੂਆ ਦੋਸਤੋ ਇਸ ਵੈੜ ਨੇ ਸੈਕਿੰਡ ਟਾਈਮਰ ਸੁਣ ਜਾ ਰਹੀ ਆ। ਅੱਛਾ, ਇਹਦਾ ਮੁੱਲ ਵੀਰ ਜੀ ਕੀ ਡਿਮਾਂਡ? ਇਹਦਾ ਵੀਰ ਜੀ ਮੁੱਲ 40,000 ਆ ਜੀ। 40,000, ਇਹਦਾ 40,000 ਆ। ਠੀਕ ਆ, 40,000 ਜਿਹੜਾ ਦੋਸਤੋ ਸੈਕਿੰਡ ਨੰਬਰ ਦੀ ਆਪਾਂ ਜਿਹੜੀ ਤੁਹਾਨੂੰ ਵੈੜ ਦਿਖਾਈ ਆ ਇਹਦਾ ਮੁੱਲ ਆ। ਠੀਕ ਆ ਜੀ, ਮਾਨ ਤਾਨ ਤੁਸੀਂ ਜਿਹੜਾ ਕਰਾਉਣਾ, ਠੀਕ ਆ ਜੀ, ਜਿੰਨੀ ਵੀ ਗੁੰਜਾਇਸ਼ ਹੋਈ ਉਹ ਮੌਕੇ ਦੀ ਆ। ਸੰਪਰਕ ਨੰਬਰ ਜਿਹੜੇ ਆ ਵੀਰ ਦੇ ਲਗਾਤਾਰ ਸਕਰੀਨ ਦੇ ਨੀਚੇ ਚੱਲ ਰਹੇ ਆ, ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ। ਠੀਕ ਆ, ਅਤੇ ਥਣ ਥੁਣ ਵੀ ਜਿਹੜਾ ਤੁਸੀਂ ਜ਼ਰੂਰ ਦੇਖੋ, ਬਿਲਕੁਲ ਮੁੱਠੀ ਵਾਲਾ ਥਣ ਆ, ਕਿਸੇ ਵੀ ਭੈਣ ਨੇ ਬੜੇ ਆਰਾਮ ਨਾਲ ਤੁਸੀਂ ਚਵਾਈ ਕਰ ਸਕਦੇ ਹੋ। ਮੋਸਟਲੀ ਕਈ ਲੇਡੀਜ਼ ਚਵਾਈ ਕਰਦੀਆਂ ਨੇ ਅਤੇ ਬੜੇ ਨੋਰਮਲੀ ਤੁਸੀਂ ਵਧੀਆ ਚੰਗੇ ਤਰੀਕੇ ਨਾਲ ਚਵਾਈ ਕਰ ਸਕਦੇ ਹੋ, ਥਣ ਸੋਹਣਾ ਜਿਹੜਾ ਕੱਢ ਆਉਣਾ ਇਸ ਵੈੜ ਨੇ ਸੁਣ ਤੋਂ ਬਾਅਦ। ਅਤੇ ਇਸ ਤੋਂ ਬਾਅਦ ਵੀਰ ਪਿੰਦੇ 3 ਨੰਬਰ 'ਤੇ ਆਪਣੇ ਕੋਲ ਵੈੜ ਆ। ਹਾਂਜੀ, ਠੀਕ ਆ, ਅਤੇ ਵੈੜ ਡੱਬੀ ਇਹ ਵੀ ਆ ਗਈ, ਇਹ ਤਾਂ ਵੈੜ ਵੀ ਬਹੁਤ ਉੱਚੀ ਹੈ ਜੀ। ਇਹ ਤਾਂ ਬਹੁਤ ਚੰਗੀ ਵੈੜ ਆ ਜੀ। ਠੀਕ, ਇਹ ਤਾਂ ਜਿੱਥੋਂ ਲਈ ਆ ਇਹ ਤੀਸਰਾ ਸੂਬਾ ਸੁਣੀ ਆ। ਠੀਕ ਹੈ ਜੀ, 25 ਤੋਂ ਪਲੱਸ ਇਹਨੇ ਦੁੱਧ ਚੋਇਆ ਹੈ। ਬਾਕੀ ਇਹ ਗੱਲ ਹੈਗੀ 15-20 ਦਿਨ ਦੀ ਕੱਚੀ ਆ ਜੀ। 15-20 ਦਿਨ, 15-20 ਦਿਨ ਦੀ ਕੱਚੀ ਆ ਜੀ। ਬਿਲਕੁਲ, ਹਾਂਜੀ, 15-20 ਦਿਨ ਦਾ ਜਿਹੜਾ ਦੋਸਤੋ ਜ਼ਰੂਰ ਤੁਸੀਂ ਨੋਟ ਕਰ ਲਓ, ਸਮਾਂ ਹਜੇ ਲੈ ਜਾਣਾ ਇਸ ਵੈੜ ਨੇ। ਤੇ ਬਣਦੀ ਥਣਦੀ ਪੂਰਾ ਹਜੇ ਕੁਛ, ਮੈਨੂੰ ਲੱਗਦਾ ਵੀ ਅਜੇ ਤਾਂ ਸਿਰਫ ਇੱਕ ਲਾਏ ਪਈ ਇੱਕ। ਹਾਂਜੀ, ਲਾਏ ਪਈ ਹੈ। ਹਾਂ ਹਾਂ, ਵੈੜ ਬਹੁਤ ਜ਼ਿਆਦਾ ਵੱਡੀ ਹੈ। ਤੇ ਕੱਦ ਕਾਠੀ ਦੇਖੋ, ਬਿਲਕੁਲ ਇਹਦਾ ਵੀਰ ਜੋਬਣ ਐ ਮੂੰਹ ਕਰੀ ਇਹਨੂੰ ਬਈ, ਜੋਬਣ ਆ ਮੂੰਹ ਦੇਖ ਕੇ ਇੱਕ ਵਾਰੀ ਫੇਸ ਦੀ ਕੁਆਲਿਟੀ ਦੇਖੋ। ਠੀਕ ਆ ਜੀ, ਆਹ ਫੇਸ ਦੀ ਕੁਆਲਿਟੀ ਜੇ। ਤੇ ਤੀਜਾ ਸੂਆ ਜਿਹੜਾ ਦੋਸਤੋ ਸੂਣ ਦੇ ਵਿੱਚ, ਬਿਲਕੁਲ ਹਜੇ ਦਿਨ ਬਾਕੀ ਆ, 15-20 ਦਿਨ ਜਿਹੜਾ ਸਮਾਂ ਇਸ ਨੇ ਲੈ ਜਾਣਾ। ਠੀਕ ਹੈ ਜੀ, 2-2.5 ਹਫ਼ਤੇ ਹਜੇ ਜਿਹੜਾ ਸਮਾਂ ਬਾਕੀ ਆ, ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ। ਬਾਕੀ ਆਪਾਂ ਤੁਹਾਨੂੰ ਇੱਕ ਵਾਰੀ ਪਸ਼ੂ ਖੜ੍ਹੇ ਦੇ ਬਿਲਕੁਲ ਜਿਹੜਾ ਬੈਕ ਤੋਂ ਦਿਖਾ ਦਿੰਦੇ ਹਾਂ, ਸੱਜੇ ਖੱਬਿਓਂ ਤੁਹਾਨੂੰ ਥਣਾਂ ਦੀ ਦਿਖਾ ਦਿੰਦੇ ਹਾਂ। ਅਤੇ ਬਾਕੀ ਵੀਰ ਜੀ ਤਿੱਪਣ ਬਿਲਕੁਲ ਇੱਕ ਨੰਬਰ ਸੀ ਸ਼ਾਇਦ ਸਾਰਾ ਕੁਛ, ਇੱਕ ਨੰਬਰ ਆ ਜਿਹੜੀ ਤੁਹਾਨੂੰ ਦੱਸੀ ਆ, ਖਾਣ ਪਿੱਛੇ ਦੀ ਆਪਣੀ ਗਰੰਟੀ ਆ ਜੀ। ਠੀਕ ਆ ਜੀ, ਆਹ ਕਰੋ ਚੈੱਕ ਜੀ, ਤੇ ਜੇਕਰ ਵੀਰ ਜੀ ਘੱਟੋ ਘੱਟ ਵੀ 25+ ਵਾਲੀ ਹੋਈ ਤਾਂ ਹਵਾਨਾ ਤਾਂ ਬਹੁਤ ਖੋਲਣਾ ਫਿਰ ਇਹਨੇ ਬੜਾ ਵੀ ਜੇ ਆਰਾਮ ਨਾਲ ਇਹਦੇ। ਹਾਂ ਵੇਖੋ, ਲਾਏ ਪਈ ਆ ਜੀ, ਬਿਲਕੁਲ ਅਜੇ ਕੋਈ ਸੂਣ ਵਾਲੀ ਗੱਲ ਨਹੀਂ ਜੀ, ਲਾਏ ਪਈ ਆ ਤਾਂ ਹੈਗੀ ਫਾਰਮ ਵਾਲੀ ਆ, ਫਾਰਮ ਚੋਂ ਲਈ ਆ ਜੀ। ਨਹੀਂ ਕੱਦ ਕਾਠੀ ਦੱਸ ਰਿਹਾ ਵੀ ਬੜੀ ਉੱਚੀ ਕੱਦ ਕਾਠੀ ਵੈੜ ਆ, ਅਜੇ ਤੋਰਾਂਗੇ ਤੁਰੰਤ ਤੁਹਾਨੂੰ ਪਤਾ ਲੱਗ ਜਾਣਾ। ਵੈੜਾਂ ਦੋਸਤੋ ਜਿਹੜੀਆਂ ਤੁਹਾਨੂੰ 2 ਦਿਖਾਈਆਂ ਨੇ ਕੱਦ ਕਾਠੀ ਵਾਲੀਆਂ, ਕੋਈ ਮੇਰਾ ਵੀਰ ਇਹ ਨਾ ਤੁਸੀਂ ਜੱਜਮੈਂਟ ਕਰਿਓ ਵੀ ਕੋਈ ਨੇੜੇ ਤੋਂ ਆਪਾਂ ਵੀਡੀਓ ਬਣਾਈ ਆ, ਬੇਸ਼ੱਕ ਦੂਰੀ ਤੋਂ ਤੁਸੀਂ ਹੁਣ ਦੇਖ ਰਹੇ ਹੋ ਵੈੜਾਂ ਦੇ ਕੱਦ ਕਾਠੀ, ਇਹਨਾਂ ਦੇ ਵੀ ਪੂਰੇ ਆ, ਹਵਾਨੇ ਵਾਲੇ ਪਾਸਿਓਂ ਵੀ ਪੂਰੀਆਂ ਹੈਗੀਆਂ ਨੇ। ਠੀਕ ਆ ਜੀ, ਬਾਕੀ ਰੇਟ ਪਾਪੜਤਾ ਇਹਦਾ ਵੀ ਪੁੱਛਾਂਗੇ ਇੱਕ ਵਾਰੀ ਆਪਾਂ ਤੁਹਾਨੂੰ ਜਿਹੜੀ ਇਹ ਵੈੜ ਤੋਰ ਕੇ ਦਿਖਾਉਣੇ ਤਸੱਲੀ ਦੇ ਨਾਲ। ਹਾਂਜੀ ਵੀਰ, ਤੋਰੀਏ ਨੂੰ ਥੋੜ੍ਹਾ ਲੰਮਾ ਤੋਰ ਲਿਆ ਜੀ। ਤੇ ਵੱਡੀ ਜਿਹੜੀ ਵੈੜ ਆ ਦੋਸਤੋ, ਫਾਰਮ ਦੀ ਵੈੜ ਆ, ਨੋਰਮਲੀ ਆਪਾਂ ਗਾਵਾਂ ਦੇ ਸ਼ੈੱਡ, ਗਾਵਾਂ ਦੇ ਫਾਰਮਾਂ ਦੇ ਉੱਪਰ ਜਿਹੜੀਆਂ ਇਹੋ ਜਿਹੀਆਂ ਵੈੜਾਂ ਦੇਖਦੇ ਹਾਂ, ਪੂਰੇ ਜ਼ੋਰ ਦੇ ਵਿੱਚ ਆ, ਅਤੇ ਕੱਦ ਕਾਠੀ ਵੀ ਹੈਗਾ ਅਤੇ ਵਜਨਦਾਰ ਵੀ ਹੈਗੀ ਆ। ਠੀਕ ਆ, ਅਤੇ ਹੈਵੀ ਬੋਡੀ ਵੇਟ ਦੀ ਆ। ਹਜੇ ਓਨਲੀ ਜੇਕਰ ਗੱਲ ਕਰੀਏ ਤਾਂ ਆਪਾਂ ਪਸ਼ੂ ਜਿਹੜਾ ਐਨੀਮਲ ਹੈ ਲਾਏ ਪਿਆ, ਅਤੇ ਜਿਹੋ ਜਿਹਾ ਹਵਾਨਾ ਦੋਸਤੋ ਹੈਗਾ ਵੀ ਤਕਰੀਬਨ ਏਡੀ ਵੈੜ ਨੂੰ ਲੈ ਕੇ ਤੁਰਨਾ ਔਖਾ ਹੋ ਜੂਗਾ, ਜੇਕਰ ਕੋਈ 15-20 ਦਿਨ ਸਮਾਂ ਲੈ ਕੇ ਜਾਂਦੀ ਆ ਵੀਰ ਹੁਣ ਦੇ ਕਹਿਣ ਮੁਤਾਬਕ।
ਆਹ ਕਰੋ ਚੈੱਕ ਜੀ, ਬਿਲਕੁਲ ਜਿਹੜੀ ਆ ਦੋਸਤੋ ਕੰਧ ਜਿੱਡੀ ਆਪਾਂ ਕਹਿ ਲਈਏ ਵੀ ਕੰਧ ਜਿੱਡੀ ਵੈੜ ਆ ਵੀਰ ਦੇ ਕੋਲ, ਅਤੇ ਫਾਰਮ ਦੀ ਵੈੜ ਆ। ਸੋ ਵੇਖ ਕੇ ਤੁਸੀਂ ਚੈੱਕ ਕਰੋ, ਤੀਜਾ ਸੂਆ ਥਰਡ ਟਾਈਮਰ ਜਿਹੜੀ ਅੱਗੇ ਸੂਣ ਵਿੱਚ ਹਜੇ ਤਕਰੀਬਨ 15 ਤੋਂ 20 ਦਿਨ ਬਾਕੀ ਆ। ਠੀਕ ਆ ਤੇ ਅੱਛਾ ਪਿੰਦੇ ਵੀਰ, ਕਿੰਨਾ ਕੁ ਮੁੱਲ ਵੀਰੇ ਦਾ ਕੀਤਾ ਇਹਦਾ? ਵੀਰ ਜੀ ਦੇਣ ਲੈਣ ਵਾਲਾ ਜਿਹੜਾ ਮੁੱਲ ਆ ਨਾ, ਹਾਂਜੀ, ਚਲੋ ਅਜੇ ਮੰਨ ਕੇ ਚਲੋ 20 ਦਿਨ ਕਿਸੇ ਨੇ ਸਾਹਮਣੇ ਆ, ਇਹੋ ਵੈੜ ਜਿਹਨੇ 15-20 ਦਿਨ ਸਾਂਭ ਲਈ, ਇਹ 65,000 ਦੀ ਵੈੜ ਆ ਜੀ। ਬਿਲਕੁਲ ਅੱਜ ਦਾ ਜਿਹੜਾ ਮੁੱਲ ਆ ਜੀ ਰੇਟ ਬਿਲਕੁਲ 50,000 ਰੁਪਈਆ ਜੀ, ਜਿਹਦੇ ਵਿੱਚੋਂ ਥੋੜ੍ਹਾ ਬਹੁਤਾ ਮਾਣ ਤੋਂ ਨਾ 100-200 ਦਾ ਜੀ, ਜ਼ਿਆਦਾ ਨਹੀਂ। ਅੱਜ 50,000 ਦੀ ਦੇ ਦਿਆਂਗੇ ਜਿਹਨੇ ਸਾਹਮਣੇ ਜਾ ਕੇ 15 ਦਿਨ। ਅੱਜ 50,000 ਦੀ ਆ? ਅੱਜ 50,000 ਦੀ ਦੇ ਦਿਆਂਗੇ। ਬਾਕੀ ਨਾਰਮਲ ਕਿੱਲੇ ਤੇ ਆਪਾਂ ਜੇਕਰ ਵੇਖੀਏ ਨਾ ਬਾਈ, ਰੇਟ ਇਸ ਤੋਂ ਵੀ ਬੜੇ ਉੱਚੇ ਉੱਚੇ ਹੈਗੇ ਇਹਨਾਂ ਵੈੜਾਂ ਦੇ ਵੀਰ ਜੀ। ਮੈਂ ਵੀ ਰੋਜ਼ ਬਾਹਰ ਜਾਂਦਾ ਲਿਆਉਣਾ ਡੰਗਰ, ਇਹਨਾਂ ਵੈੜਾਂ ਦਾ ਲੋਕੀ 70-70,000 ਰੁਪਈਆ ਘਰਾਂ ਵਾਲੇ ਮੰਗਣ ਦੇ ਆ। ਅੱਜ ਤਾਂ ਫੇਰ ਵੀ ਇਦਾਂ ਕਰਕੇ ਲਿਆਉਣੇ ਆ ਤਾਂ ਅਗਲੇ ਤੋਂ ਜਾਇਜ਼ ਹੀ ਮੁੱਲ ਮੰਗਦੇ ਆ ਜੀ। ਬਿਲਕੁਲ ਹਾਂਜੀ, ਲਓ ਵੀ ਦੋਸਤੋ ਕਰ ਲਓ ਨੋਟ, ਵੱਡੀ ਵੈੜ ਆ, ਠੀਕ ਆ ਜੀ, ਫਾਰਮ ਦੀ ਵੈੜ ਆ। ਕੱਦ ਕਾਠੀ ਮੈਂ ਤੁਹਾਨੂੰ ਬਿਆਨ ਕਰ ਦਿੱਤਾ ਵੀ ਬਿਲਕੁਲ ਕੰਧ ਜਿੱਡਾ ਕੱਦ ਹੈਗਾ ਵੈੜ ਦਾ ਉੱਚ। ਇੱਥੇ ਜਿਹੜੀ ਥਣ ਦੀ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰੋ, ਬਿਲਕੁਲ ਐਨ ਮੁੱਠੀ ਵਾਲਾ ਥਣ ਆ, ਠੀਕ ਆ ਜੀ। ਤੇ ਦਿਨ ਹਜੇ ਬਾਕੀ ਆ, ਦਿਨ ਖੁੱਲ੍ਹੇ ਬਾਕੀ ਆ, ਤਕਰੀਬਨ 2 ਤੋਂ 2.5 ਹਫ਼ਤੇ ਹਜੇ ਬਾਕੀ ਆ, ਠੀਕ ਆ ਜੀ। ਜ਼ਰੂਰ ਤੁਸੀਂ ਜਿਹੜਾ ਆਪਣੀ ਆ ਨਿਗਾਹ ਦੇ ਵਿੱਚ ਰੱਖ ਸਕਦੇ ਹੋ, ਸਮਾਂ ਹਜੇ ਬਾਕੀ ਆ। ਅਤੇ ਜਿਹੋ ਜਿਹਾ ਬਣਾ ਥਣਾ ਬਣਾ ਕੇ ਇਹਨੇ ਤਿਆਰ ਕਰਨਾ, ਉਸ ਤੋਂ ਬਾਅਦ ਜਿਹੜਾ ਦੋਸਤੋ ਇਸ ਨੇ ਸੁਣਾ ਤਕਰੀਬਨ 25+ ਦੀ ਵੀਰਾਂ ਦਾ ਵੀ ਇਹ ਵੈੜ ਆ। ਅਤੇ ਇਹਦਾ ਮੁੱਲ ਵੀ ਜਿਹੜਾ ਬਿਲਕੁਲ ਜਾਇਜ਼ ਜੈਨੂਅਨ ਮੁੱਲ ਆ, 50,000 ਰੁਪਈਆ ਜਿਹੜਾ ਅੱਜ ਦੇ ਸਮੇਂ ਕੀਮਤ ਆ। ਬਾਕੀ ਵੀਰ ਜੀ ਗੱਲ ਇੱਕ ਹੋਰ ਆ, ਬੜੇ ਵੀਰ ਇੱਥੇ ਹੁੰਦੇ ਜਿਹੜਿਆਂ ਦੇ 20-20 ਦਿਨਾਂ ਦੀਆਂ ਕੱਚੀਆਂ ਵੜਾਂ ਲਿਆ ਕੇ ਦਿਓ, ਇਹ ਤਦ ਕਰਕੇ ਲਿਆਉਂਦੀ ਆ। ਬਹੁਤ ਵੀ ਇੱਥੋਂ ਗਾਹਕ ਮੁੜਦੇ ਜਿਹਨਾਂ ਦੂਰ ਖੜਨੀਆਂ ਹੁੰਦੀਆਂ, ਬਿਲਕੁਲ ਉਹ 20-25 ਦਿਨ ਦੀ ਕੱਚੀ ਭਾਲਦੇ ਆ। ਬਿਲਕੁਲ ਜੀ ਹਾਂਜੀ, ਇਸ ਕਰਕੇ ਬਹੁਤ ਵੀਰ ਇੱਥੋਂ ਮੁੜਿਆ ਕੱਚੀ ਵੈੜ ਵਾਸਤੇ, 15-20 ਦਿਨ ਕੱਚੀਆਂ ਵੜਾਂ ਲਿਆ ਕੇ ਦਿਓ ਜੀ। ਠੀਕ ਹੈ ਜੀ, ਹਾਂਜੀ। ਕਈ ਵਾਰ ਹੁੰਦਾ ਨਾ ਵੀ ਬਾਈ ਪਿੰਦੇ ਵੀਰ ਵੀ ਪਸ਼ੂ ਇੱਥੋਂ ਕਈ ਨਾ ਆਊਟ ਆਫ ਸਟੇਟ ਵੀ ਜਾਣਾ ਹੁੰਦਾ, ਹਾਂਜੀ ਹਾਂਜੀ, ਉਹ ਵੀ ਥੋੜੀਆਂ ਕੱਚੀਆਂ ਵੈੜਾਂ ਭਾਲਦੇ ਵੀ ਟਰਾਂਸਪੋਰਟ ਦੇ ਵਿੱਚ, ਲੱਦਣ ਦੇ ਵਿੱਚ, ਬਾਜ ਪਸ਼ੂ ਰਸਤੇ ਵਿੱਚ ਨਾ ਸੁੱਕੇ। ਹਾਂ ਬਿਲਕੁਲ, ਉਹ ਤਿਆਰ ਵੈੜ ਦਿੰਦੇ ਨਹੀਂ, ਜੇ ਜੋ ਕਈ ਗਾਹਕ ਮੇਰੇ ਤੋਂ ਮੁੜੇ ਤਿਆਰ ਵੈੜ ਨਹੀਂ ਖੜਦੇ, ਜਿੱਦਾਂ 2 ਵੜਾ ਤਿਆਰ ਆ, ਇਹ ਨਹੀਂ ਖੜਦੇ, ਏਡੀ ਕੱਚੀ ਵੈੜ ਮੰਗਦੇ ਆ, ਘੱਟ ਤੋਂ ਘੱਟ ਮਹੀਨੇ ਦੀ ਕੱਚੀ ਹੋਵੇ। ਬਿਲਕੁਲ ਹਾਂਜੀ ਹਾਂਜੀ, ਵੈੜ ਦੋਸਤੋ 3 ਦਿਖਾਈਆਂ ਤੁਹਾਨੂੰ ਵੈੜਾਂ, ਤੇ 3 ਬਹੁਤ ਵਧੀਆ ਨੇ, ਠੀਕ ਆ, ਆਪੋ ਆਪਣੀ ਜਗ੍ਹਾ ਤੇ 3 ਬਹੁਤ ਵਧੀਆ ਨੇ। ਰੇਟ ਵੀ ਹਰ ਇੱਕ ਤਰ੍ਹਾਂ ਦੇ ਆ, 40, 42, 45 ਤੋਂ ਲੈ ਕੇ ਦੋਸਤੋ 50,000 ਤੱਕ ਜਿਹੜਾ ਰੇਟ ਵੀਰ ਦੇ ਕੋਲ ਅੱਜ ਅਵੇਲੇਬਲ ਆ। ਬਾਕੀ ਉਧਰ ਵੀਰ ਜੀ ਮੈਂ ਜਿਹੜੀਆਂ 2 ਵੈੜਾਂ ਪਾਈਆਂ, ਹਾਂਜੀ, ਤੁਸੀਂ ਇਹ ਕਹੋ ਵੀ ਫੋਨ ਬੰਦ ਕਰਕੇ ਸੌਣ ਵਾਲੀ ਗੱਲ ਬਣੀ ਆ। ਇੰਨਾ ਕੁ ਆਪਾਂ ਮੁੱਲ ਵਧੀਆ ਕੀਤਾ ਸੀ, ਮਾਲਕ ਦੀ ਕਿਰਪਾ ਨਾਲ ਤੁਹਾਡੇ ਚੈਨਲ ਤੇ ਪਹਿਲੀ ਮੇਰੀ ਵੀਡੀਓ ਪਈ ਆ, ਦੂਰ ਦੂਰ ਤੱਕ ਵੈੜਾਂ ਵੇਖ ਕੇ ਤੇ ਲੋਕਾਂ ਨੇ ਮੈਨੂੰ ਫੋਨ ਕੀਤੇ ਆ। ਕੀਤੇ ਆ ਜੀ, ਹਾਂਜੀ, ਦੂਰ ਦੂਰ ਤੱਕ ਕਿਸ਼ਤਰ ਤੱਕ ਫੋਨ ਆਇਆ ਜੀ। ਠੀਕ ਹੈ ਜੀ, ਹਾਂਜੀ ਕਿਸਾਨ ਵੀਰੋ, ਇੱਕ ਜਿਹੜੀ ਵੈੜ ਹੈਗੀ ਨਾ 3 ਵੈੜਾਂ ਤੋਂ ਇਲਾਵਾ ਇੱਕ ਹੋਰ ਵੈੜ ਵੀ ਹੈਗੀ ਆ, ਤੇ ਪਿੰਦੇ ਵੀਰੋ ਵਿਕਾਊਗਾ ਭਲਾ ਆਪਣੇ ਕੋਲ ਜਿਹੜੀ ਉਹ ਵੈੜ? ਵੀਰ ਜੀ ਹੈਗੀ ਉਹ ਵਿਕਾਊਗਾ ਜੀ, ਹਾਂਜੀ, ਉਹ ਜਿਹੜਾ ਵੀ ਵੀਰ ਕਰੂਗਾ ਇਹਦੇ ਵਿੱਚ ਥੋੜਾ ਜਿਹਾ ਸੌਦੇ ਦੇ ਵਿੱਚ ਮੰਨ ਲਓ ਵੀ ਵਾਧ ਘਾਟ ਹੋਈ ਆ ਜੀ, ਇਹ ਕੋਈ ਵੀਰ ਵੈੜ ਖਰੂਗਾ ਇਹ ਮੇਰੇ ਨਾਲ ਫੋਨ ਤੇ ਗੱਲ ਕਰ ਲੇ, ਉਹਨਾਂ ਸੰਪਰਕ ਕਰ ਲਓ ਕਿ ਕਿੰਨੇ ਚ ਮੈਂ ਰੱਖੀ ਆ, ਇਹਦੇ ਨਾਲ ਮੋਲ ਨਹੀਂ ਜਦੋਂ ਮੈਂ ਕਰਨਾ ਫੋਨ ਤੇ ਤਾਂ। ਇਹ ਆਪਾਂ ਅੱਗੋਂ ਲਈ ਹੋਈ ਸੀਗੀ? ਹਾਂਜੀ ਅੱਗੋਂ ਲਈ ਹੋਈ ਆ। ਠੀਕ ਆ ਜੀ, ਹਾਂਜੀ, ਵੈੜ ਜਿਹੜੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ, ਇਹ ਤਿਆਰੀ ਦੇ ਵਿੱਚ ਹਜੇ ਸੂਣ ਦੀ? ਨਹੀਂ, ਸੂਈ ਆ ਜੀ, ਸੂਈ ਆ, ਦੁੱਧ 12 ਲੀਟਰ ਹੈਗਾ ਜੀ, ਦੁੱਧ 12 ਲੀਟਰ, ਤੇ 2 ਮਿੰਟ ਉਰੇ ਲਿਓ ਜੀ ਇਹਨੂੰ ਕੋਲੇ, ਦੁੱਧ 12 ਲੀਟਰ ਆ, ਤੇ ਬੱਚਾ ਭੱਜਾ ਜੀ ਅੰਦਰ, ਬੱਚਾ ਹੈਗਾ ਨੀਚੇ 15 ਦਿਨਾਂ ਦਾ ਜੀ, ਠੀਕ ਆ, 15 ਦਿਨਾਂ ਦਾ ਜਿਹੜਾ ਸੂਆ ਹੈਗਾ ਦੋਸਤੋ ਸੂਈ ਨੂੰ, ਜਿਹੜੇ 15 ਕੁ ਦਿਨ ਹੋ ਗਏ ਨੀਚੇ ਬੱਚਾ, ਤੇ 12 ਕੁ ਲੀਟਰ ਜਿਹੜੀ ਹੁਣ ਦੁੱਧ ਦੀ ਕਪੈਸਿਟੀ ਆ, 12 ਕੁ ਲੀਟਰ, ਹੈਨਾ? ਹਾਂਜੀ 12 ਲੀਟਰ ਪੱਕਾ ਜੀ, ਠੀਕ ਆ, 12 ਵਜੇ 11 ਵਜੇ 10 ਤੋਂ ਪਲੱਸ ਹੀ ਆ ਜੀ। ਆਹ ਵੇਖੋ ਜੀ, ਬਾਕੀ ਬੰਤਰ ਸੋਹਣੀ ਆ, ਹਵਾਨਾ ਬਹੁਤ ਸੋਹਣਾ, ਠੀਕ ਆ,
ਤੇ ਧਾਰਾਂ ਧੂਰਾਂ ਥਣਾਂ ਦੀਆਂ ਬਰਾਬਰ ਆ ਜਾਂ ਥੋੜਾ ਖਲੋਣ ਦੇ ਵਿੱਚ ਫਰਕ ਆ ਜੀ? ਨਹੀਂ ਨਹੀਂ ਵੀਰ ਜੀ, ਜਿਹੜੇ ਇੱਧਰ ਬਹਿਣੇ ਵਾਲਾ ਪਾਸਾ ਹੈ, ਹਾਂਜੀ, ਇਹਦੇ ਵਿੱਚ 19-21 ਹੋਊਗੀ। ਮੰਨ ਕੇ ਚਲੋ ਜੇ ਇੱਧਰ ਲੈਂਦੇ ਆਪਾਂ ਕਿਲੋ ਦੁੱਧ ਕੱਢਦੇ ਆ ਤੇ ਇੱਧਰ 3 ਪਾਓ ਜੀ, ਇੰਨਾ ਕੁ ਫਰਕ ਉਹ ਜ਼ਿਆਦਾ ਨਹੀਂ, ਜ਼ਿਆਦਾ ਨਹੀਂ ਹੈਗਾ, ਜ਼ਿਆਦਾ ਨਹੀਂ ਹੈਗਾ। ਠੀਕ ਆ, ਆ ਦੋਸਤੋ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ, ਠੀਕ ਆ ਜੀ। ਬਾਕੀ ਫਰਕ ਜਿਹੜਾ ਹੈਗਾ 19 ਤੇ 20 ਦਾ ਫਰਕ ਆ, 19-21 ਨਹੀਂ ਹੁੰਦਾ ਹੈਗਾ, ਠੀਕ ਆ। ਅਤੇ ਬਾਕੀ ਧਾਰਾਂ ਬਰਾਬਰ ਨੇ, ਜੇਕਰ ਵੀਰਾਂ ਦਾ ਵੀ ਕਿਲੋ ਦੁੱਧ ਹੋਊਗਾ ਦੂਜੇ ਪਾਸੇ ਤਾਂ ਇੱਧਰ ਜਿਹੜਾ 3 ਪਾ ਹੋਊਗਾ, ਇੱਕ ਅੱਧੇ ਪਾ ਦਾ ਜਿਹੜਾ ਦੋਸਤੋ, ਇੱਕ ਅੱਧੇ ਪਾਈਏ ਦਾ ਫਰਕ ਜਿਹੜਾ ਉਹ ਹੋਊਗਾ, ਠੀਕ ਆ। ਬਾਕੀ ਵਿਹੜ ਹੈ ਬਿਲਕੁਲ ਕੱਦ ਕਾਠੀ ਜਿਹੜਾ ਦੋਸਤੋ ਦਰਮਿਆਨਾ ਮੀਡੀਅਮ ਹਾਈਟ ਦੇ ਵਿੱਚ ਆ, ਜਿਹੋ ਜਿਹਾ ਭਾਅ ਫੜਤਾ ਹੋਇਆ ਤਕਰੀਬਨ ਵੀਰਾਂ ਦਾ ਵੀ ਉਹ ਤੁਸੀਂ ਜਿਹੜਾ ਖਾਸ ਤੌਰ 'ਤੇ ਮੇਰੇ ਨਾਲ ਜਿਹੜਾ ਸੰਪਰਕ ਕਰ ਲਉਂਗੇ ਤੁਹਾਨੂੰ ਮੈਂ ਜਿਹੜਾ ਫੋਨ 'ਤੇ ਦੱਸ ਦੂੰਗਾ ਰੇਟ, ਠੀਕ ਆ। ਅਤੇ ਮੁੱਲ ਵੀ ਬਾਈ ਪਿੰਦੇ ਕੋਈ ਬੜਾ ਵੱਡਾ ਨਹੀਂ ਹੁੰਦਾ, ਇੰਨਾ ਵੀ ਜ਼ਿਆਦਾ ਵੱਡਾ ਮੁੱਲ ਲੈਣਗੇ ਜੀ? ਹਾਂ, ਬਹੁਤ ਜ਼ਿਆਦਾ ਮੁੱਲ ਛੋਟਾ ਹੈ, ਹਾਂਜੀ, ਫਿਰ ਵੀ ਆਪਾਂ ਜਿੱਦਾਂ ਵੀ ਉੱਧਰੋਂ ਰੱਖੀ ਉੱਦਾਂ ਹੀ ਗਾਂ ਦੇ ਦੇਣੀ ਹੈ, ਜਿਹ 'ਚੋਂ ਲੈਣਾ ਕੱਖ ਨਹੀਂ ਜੀ। ਠੀਕ ਹੈ ਜੀ, ਹਾਂਜੀ, ਠੀਕ ਹੈ, ਠੀਕ ਆ। ਅਤੇ ਹਾਂਜੀ ਛੋਟੇ ਵੀਰ, ਅੱਜ ਤੋਰ ਲਈਏ ਮਾੜਾ ਜਿਹਾ, ਹੁਣ ਨੇੜਿਓਂ ਦਿਖਾ ਦਿਓ ਤੋਰ ਕੇ। ਬਾਕੀ ਰੇਟ ਛੋਟਾ ਦੋਸਤੋ, ਜਿਹੜਾ ਮੁੱਲ ਹੈਗਾ ਵੀਰਾ ਜਿਹੜਾ ਹੈਗਾ ਵੀ ਉਹ ਫੋਨ 'ਤੇ ਡਿਸਕਸ ਆਉਂਦਾ ਵੀ ਆਪਾਂ ਨਹੀਂ ਕਰਨਾ ਹੈਗਾ। ਬੇਸ਼ੱਕ ਕਿਸੇ ਵੀਰ ਨੇ ਵੀ ਖਰੀਦਣੀ ਆ ਤੁਸੀਂ ਖਾਸ ਤੌਰ 'ਤੇ ਜਿਹੜਾ ਸੰਪਰਕ ਕਰ ਲਿਓ ਨੰਬਰਾਂ 'ਤੇ, ਠੀਕ ਹੈ ਜੀ। ਮੁੱਲ ਕੋਈ ਬਾਹਲਾ ਵੱਡਾ ਨਹੀਂ ਹੈਗਾ, ਵੈਟ ਦੇ ਹਿਸਾਬ ਨਾਲ ਮੁੱਲ ਜਿਹੜਾ ਬਿਲਕੁਲ ਜਾਇਜ਼ ਜੈਨੂਅਨ ਹੋਵੇਗਾ। 15 ਦਿਨਾਂ ਦੀ ਸੂਈ ਆ ਅਤੇ 12 ਲੀਟਰ ਜਿਹੜਾ ਬਿਲਕੁਲ ਤੋਲਵਾਂ ਦੁੱਧ ਥੱਲੇ ਹੋਵੇਗਾ। ਤਸੱਲੀ ਦੇ ਲਈ ਤੁਸੀਂ ਜਿਹੜਾ ਪਿੰਡ ਪੁੰਨੀਆਂ ਦੇ ਵਿੱਚ ਵਿਜ਼ਿਟ ਕਰਨੀ ਹੈਗੀ ਆ, ਮੋੜ ਦਿਓ ਵੀਰ। ਠੀਕ ਆ, ਬਾਕੀ ਇਸ ਵੈਟ ਦੇ ਨੀਚੇ ਜਿਹੜਾ ਬੱਚਾ ਹੈਗਾ ਉਹ ਤੁਸੀਂ ਜ਼ਰੂਰ ਦੇਖ ਲਓ ਜੀ, ਮੇਲ ਕਾਫ ਆ, ਠੀਕ ਆ ਜੀ, ਬੱਚਾ ਹੈਗਾ। ਆਹ ਦੇਖੋ, ਮੇਰਾ ਨੰਬਰ ਹੈਗਾ 95-23-75-5-12। ਠੀਕ ਹੈ ਜੀ, ਹਾਂਜੀ, ਠੀਕ ਆ। ਸੋ ਦੋਸਤੋ ਇਹ ਸਨ ਵੀਰ ਪਿੰਦਾ, ਪਿੰਡ ਪੁੰਨੀਆਂ ਹੈਗਾ, ਸੰਪਰਕ ਨੰਬਰ ਬੇਸ਼ੱਕ ਜਿਹੜਾ ਤੁਸੀਂ ਦੋਸਤੋ ਨੋਟ ਕਰ ਸਕਦੇ ਹੋ, ਠੀਕ ਜੀ, 95-923-75-512, ਠੀਕ ਆ, ਇਹ ਵੀਰ ਦੇ ਸੰਪਰਕ ਨੰਬਰ ਨੇ। ਲਗਾਤਾਰ ਸਕਰੀਨ 'ਤੇ ਆਪਾਂ ਨੀਚੇ ਚੱਲਦੇ ਕਰਦੇ ਨੇ ਆ, ਹੋਰ ਨੰਬਰ ਵੀ ਹੈਗਾ ਉਹ ਵੀ ਤੁਸੀਂ ਜ਼ਰੂਰ ਕਰਾ ਦਿਓ ਜੀ। 88-4-7-74-08, ਠੀਕ ਹੈ ਜੀ। ਇਹ ਦੋਨੋਂ ਨੰਬਰ ਜਿਹੜੇ ਦੋਸਤੋ ਆਪਾਂ ਸਕਰੀਨ 'ਤੇ ਚੱਲਦੇ ਕਰਦੇ ਨੇ ਆ, ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਸਕਦੇ ਹੋ। ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।